ਸਰ ਵਿਕਰਲ ਸਿੰਘ ਮਜੀਠੀਆ ਤੇ ਨਸ਼ਿਆਂ ਦੇ ਮਾਮਲੇ 'ਚ ਕੇਸ ਦਰਜ ਕੀਤਾ ਗਿਆ ਇਸ ਸਭ ਤੋਂ ਜਿਹੜਾ ਕਿੰਗ ਪਿੰਨ ਸੀ ਇਸ ਮਾਮਲੇ ਦੇ ਵਿੱਚ ਉਹ ਸੀ ਸੇਵਾਮੁਕਤ ਡੀਐਸਪੀ ਜਗਦੀਸ਼ ਭੋਲਾ ਪਰਚਾ ਦਰਜ ਕਰਤਾ ਪਰਚਾ ਦਰਜ ਕਰਨ ਤੋਂ ਬਾਅਦ ਇਹ ਅਦਾਲਤ ਵਿੱਚ ਸਾਬਤ ਕਰਨਾ ਬਹੁਤ ਮੁਸ਼ਕਲ ਇਹਦੇ ਵਿੱਚ ਜੇ ਤਾਂ ਅਦਾਲਤ 'ਚ ਸਾਬਤ ਕਰਤਾ ਤਾਂ ਅਦਾਲਤ ਵੱਲੋਂ 10 ਤੋਂ ਲੈ ਕੇ 20 ਲੱਖ ਤੱਕ ਨਾ 10 ਤੋਂ ਲੈ ਕੇ 20 ਸਾਲ ਤੱਕ ਇਹਦੇ 'ਚ ਸਜ਼ਾ ਹੋ ਸਕਦੀ ਹੈ 1 ਤੋਂ 2 ਲੱਖ ਦਾ ਜੁਰਮਾਨੇ ਦਾ ਫਰਮਾਨ ਹੋਏਗਾ ਜੇ ਇਹ ਕੇਸ ਸਾਬਤ ਨਹੀਂ ਹੁੰਦਾ ਵਿਕਰਮ ਸਿੰਘ ਜੀਠੀਆ ਇਹਦੇ ਵਿੱਚ ਬੁਚਾ ਕਾਇਦਾ ਬਰੀ ਹੋ ਜਾਂਦੇ ਨੇ ਤਾਂ ਵਿਕਰਮ ਸਿੰਘ ਜੀਠੀਆ ਨੇ ਫਿਰ 182 ਤੇ ਮਾਨ ਹਾਨੀ ਦਾ ਕੇਸ ਇਹਨਾਂ ਤੇ ਕਰਿਆ ਜਾਣਾ ਨਵਜੋਤ ਸਿੰਘ ਸਿੱਧੂ ਦਾ ਟਵੀਟ ਆਇਆ ਹੈ ਕਿ ਜਦੋਂ ਇਮਾਨਦਾਰ ਅਧਿਕਾਰੀ ਅੱਗੇ ਆਉਂਦੇ ਨੇ ਫਿਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਤਾਂ ਹੁੰਦੀਆਂ ਨਹੀਂ। ਗ੍ਰਿਮਜੀਠੀ ਅਤੇ ਐਫਆਈਆਰ ਦਾ ਦਰਜ ਹੋਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਵੱਡੇ ਬਾਦਲ ਵੱਲੋਂ ਸਿਆਸੀ ਬਦਲਾਖੋਰੀ ਦੱਸਿਆ ਗਿਆ। ਮੀਡੀਆ ਦੇ ਸਾਹਮਣੇ ਹੁੰਦਿਆ ਕਿਹਾ ਕਿ ਸਿਆਸੀ ਬਦਲਾਖੋਰੀ ਨਾਲ ਕੀਤਾ ਜਾ ਰਿਹਾ ਹੈ। ਜਿਹੜੇ ਜਿਹੜੇ ਅਧਿਕਾਰੀਆਂ ਨੇ ਇਹ ਕੁਝ ਕੀਤਾ ਉਹ ਹੁਣ ਤਿਆਰ ਰਹਿਣ। ਸਿਆਸਤਦਾਨ ਜਿਹਦਾ ਜਿਹਦਾ ਯੋਗਦਾਨ ਹੈ। ਉਹਨੂੰ ਨਕੇਲ ਪਾ ਕੇ ਫੜ ਕੇ ਅੰਦਰ ਕੀਤਾ ਜਾਵੇਗਾ। ਸਕਬੀਰ ਸੋ ਬਾਦਲ ਹੋਣੀ ਤਾਂ ਬਾਬਾ ਚਰਤੋ ਇੱਕ ਲਾਲ ਡੈਰੀ ਵੀ ਚੱਕੀ ਫਿਰਦੇ ਆ ਉਹ ਲਾਲ ਡੈਰੀ ਦੇ ਵਿੱਚ ਕਹਿੰਦੇ ਮੈਂ ਇੰਦਰਾਜ ਕਰੀ ਜਾਣਾ ਇਹਨਾਂ ਦੇ ਸਾਰਿਆਂ ਦੇ ਜਿਹੜੇ-ਜਿਹੜੇ ਇਹ ਗਲਤ ਕੰਮ ਕਰਦੇ ਆ ਪਰਜੀਤ ਸਿੰਘ ਦਾਦੂਵਾਲ ਨੇ ਜੀ ਚਰਨਜੀਤ ਸਿੰਘ ਚੰਨੀ ਤੇ ਡੀਜੀਪੀ ਦੀ ਪਿੱਠ ਥਾਪੜਦੇ ਹੋਏ ਉਹਨਾਂ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਅੱਜ ਆਪਣੇ ਚੈਨਲ ਤੇ ਹੀ ਜੁੜ ਕੇ ਗੱਲ ਆਖੀ ਕਿ ਹੁਣ ਤੱਕ ਲਫਾਫੇबाजी ਹੋ ਰਹੀ ਸੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੀਜੀਪੀ ਸਧਾਰਤ ਚਟੋ ਪਾਧਿਆਂ ਨੇ ਘੱਟੋ ਘੱਟ ਹਿੰਮਤਤਾ ਕੀਤੀ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਕਾਂਗਰਸ ਤੋਂ ਅਸਤੀਫਾ ਦੇ ਕੇ ਬੀਜੇਪੀ ਦੇ ਸ਼ਾਮਿਲ ਹੋ ਗਏ ਨੇ ਖੁੱਲੀ ਛੁੱਟੀ ਹੈ ਕਿਸੇ ਬੰਦੇ ਨੂੰ ਛੱਡ ਕੇ ਜਾਣ ਦੀ ਇਹ ਵੀ ਚਰਚਾ ਚੱਲ ਰਹੀ ਹੈ ਕਿ ਕੁਝ ਹੋਰ ਵਿਧਾਇਕ ਮੰਤਰੀ ਜਾਂ ਜ਼ਿਲ੍ਹਾ ਪ੍ਰਧਾਨ ਵਗੈਰਾ ਵੀ ਕੈਪਟਨ ਅਬਰਿੰਦਰ ਸਿੰਘ ਨੇ ਬੜਾ ਲੰਬਾ ਸਮਾਂ ਕਾਂਗਰਸ ਰਾਹੀਂ ਦੋ ਵਾਰੀ ਮੁੱਖ ਮੰਤਰੀ ਬਣੇ ਨੇ ਉਹਨਾਂ ਦੇ ਚਾਹਤੇ ਕਾਫੀ ਨੇ ਜਿਹੜੇ ਉਹਨਾਂ ਦੇ ਚਾਹਤੇ ਨੇ ਉਹਨਾਂ ਨੇ ਉਹਨਾਂ ਦੇ ਨਾਲ ਹੀ ਜਾਣਾ ਹੈ ਕਈਆਂ ਦੇ ਚਰਚੇ ਨੇ ਕਈ ਗਾਇਕਾਂ ਦੇ ਚਰਚੇ ਵੀ ਨੇ ਹੋਰਾਂ ਦੇ ਚਰਚੇ ਵੀ ਨੇ ਕਈਆਂ ਨੂੰ ਸਿੱਧੇ ਰੂਪ ਦੇ ਵਿੱਚ ਜਿਵੇਂ ਅਕਾਲੀ ਦਲ ਤੇ ਵਸਪਾ ਦਾ ਸਮਝੌਤਾ ਹੋਇਆ ਹੈ ਕਈਆਂ ਨੂੰ ਅਕਾਲੀ ਦਲ ਭਾਜਪਾ ਚੋਂ ਆਪਦੀ ਪਾਰਟੀ ਚ ਲਿਆਂਦਾ ਜਾ ਰਿਹਾ ਹੈ ਅਜੇ ਤੱਕ ਪੰਜਾਬ ਦਾ ਜਿਹੜਾ ਚੋਣ ਸੀਨ ਹੈ ਉਹ ਸਾਫ਼ ਨਹੀਂ ਹੈ ਅਗਲੇ ਸਮੇਂ 'ਚ ਪਤਾ ਲੱਗੇਗਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਤਰੀਕ ਨੂੰ ਲੁਧਿਆਣਾ ਦੇ ਵਿੱਚ ਆਉਣਗੇ ਬਹੁਤ ਸਾਰੇ ਉਦੋਂ ਵੀ ਪਲਾ ਬਦਲਣਗੇ ਡ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਮਨਦੀਪ ਕੌਰ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਡੇ ਨਾਲ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਜੁੜ ਚੁੱਕੇ ਨੇ ਜੋ ਵਕ ਵਕ ਮੁੱਦਿਆਂ ਤੇ ਸਾਡੇ ਨਾਲ ਵਿਚਾਰ ਚਰਚਾ ਕਰਦੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਸਰ ਸਾਹਿਕਾ ਸਰ ਵਿਕਰਮ ਸਿੰਘ ਮਜੀਠੀਆ ਤੇ ਨਸ਼ਿਆਂ ਦੇ ਮਾਮਲੇ 'ਚ ਕੇਸ ਦਰਜ ਕੀਤਾ ਗਿਆ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜਿਹੜਾ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਦੇ ਉੱਤੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਇੱਕ ਕੇਸ ਦਰਜ ਕੀਤਾ ਗਿਆ ਮਹਾਲੀ ਦੇ ਥਾਣੇ ਵਿੱਚ ਇਹ ਕੇਸ ਐਨਡੀਪੀਐਸ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਬਣੇ ਕਾਨੂੰਨ ਦੀ ਧਾਰਾ 25ਏ 27 ਅਤੇ 29 ਦੇ ਤਹਿਤ ਦਰਜ ਕੀਤਾ ਗਿਆ ਇਹਦੇ ਵਿੱਚ 10 ਤੋਂ ਲੈ ਕੇ 20 ਸਾਲ ਤੱਕ ਦੀ ਜੇ ਕੇ ਸਾਬਤ ਹੋ ਜਾਂਦਾ ਤਾਂ 10 ਤੋਂ ਲੈ ਕੇ 20 ਸਾਲ ਤੱਕ ਦੀ ਸਜ਼ਾ ਰੱਖੀ ਗਈ ਹੈ ਇਹ ਮਾਮਲਾ 2012 ਦਾ ਹੈ ਜਦੋਂ ਅਕਾਲੀ ਭਾਜਪਾ ਸਰਕਾਰ ਹੋਂਦ ਵਿੱਚ ਆਈ ਸੀ ਤਾਂ ਉਸ ਵੇਲੇ ਦੇ ਐਸਐਸਪੀ ਜੋ ਡੀਆਈਜੀ ਦੇ ਪਦ ਤੋਂ ਰਿਟਾਇਰ ਹੋ ਗਏ ਹਰਦੀਪਾਲ ਸਿੰਘ ਮਾਨ ਨੇ ਨਸ਼ਿਆਂ ਵਿਰੁੱਧ ਕੰਮ ਸ਼ੁਰੂ ਕੀਤਾ ਉਹਦੇ ਵਿੱਚ ਕਈ ਐਨਆਰਆਈ ਹੋਰ ਸਾਥੀ ਇਹ ਸਾਰਿਆਂ ਨੂੰ ਸ਼ਾਮਲ ਕੀਤਾ ਗਿਆ ਸਭ ਤੋਂ ਜਿਹੜਾ ਕਿੰਗ ਪਿੰਨ ਸੀ ਇਸ ਮਾਮਲੇ ਦੇ ਵਿੱਚ ਉਹ ਸੀ ਸੇਵਾਮੁਕਤ ਡੀਐਸਪੀ ਜਗਦੀਸ਼ ਭੋਲਾ ਜਗਦੀਸ਼ ਭੋਲੇ ਨੂੰ ਪਹਿਲਾਂ ਸਜ਼ਾ ਹੋ ਚੁੱਕੀ ਹੈ ਕਿਹਾ ਗਿਆ ਕਿ ਇਹ ਨਸ਼ਿਆਂ ਦਾ ਮਾਮਲਾ ਕਰੋੜਾਂ ਦਾ ਕਾਰੋਬਾਰ ਹੈ বিਛਲੇ ਸਮੇਂ ਦੌਰਾਨ ਗੁਜਰਾਤ ਦੇ ਬੰਦਰਗਾਹ ਜਿਹੜੀ ਕਿ ਅਡਾਨੀਆਂ ਨਾਲ ਸੰਬੰਧਿਤ ਹੈ ਉਥੋਂ 3300 ਕਰੋੜ ਦੀ ਕਹਿੰਦੇ ਹੈਰੋਨ ਫੜੀ ਗਈ 400 ਕਰੋੜ ਦੀ ਹੱਕਲ ਫੜੀ ਗਈ ਤਾਰਾਂ ਉਹਨਾਂ ਦੀ ਵੀ ਪੰਜਾਬ ਨਾਲ ਜੁੜੀ ਜਾਂਦੀਆਂ ਕਹਿੰਦੇ ਆਈ ਪਾਕਿਸਤਾਨ ਦੇ ਰਸਤਿਆਂ ਸੀ ਤੇ ਪੰਜਾਬ ਨਾਲ ਉਹਦੇ ਉਹ ਵੀ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਉਹਦੀਆਂ ਤਾਰਾਂ ਜੁੜਦੀਆਂ ਨੇ ਇਹ ਲੰਬੇ ਸਮੇਂ ਤੋਂ ਮਾਮਲਾ ਤੁਰਿਆ ਫਿਰਦਾ ਸੀ 2016 ਦੇ ਵਿੱਚ ਜਦੋਂ ਚੋਣਾਂ ਦਾ ਟਾਈਮ ਸੀ ਜਿਵੇਂ ਹੁਣ ਚੋਣਾਂ ਦਾ ਮੌਕਾ ਆ ਗਿਆ ਬਠਿੰਡੇ ਦੀ ਧਰਤੀ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਕਾਂਗਰਸ ਵਾਲਿਆਂ ਨੇ ਕੈਪਟਨ ਅਮਰਿੰਦਰ ਸਿੰਘ ਉਦੋਂ ਪ੍ਰਧਾਨ ਸੀ ਤੇ ਮੁੱਖ ਮੰਤਰੀ ਦੇ ਉਮੀਦਵਾਰ ਸੀ ਉਸ ਰੈਲੀ ਦੇ ਵਿੱਚ ਕੈਪਟਨ ਸਾਹਿਬ ਨੇ ਤਲਵੰਡੀ ਸਾਬੋ ਤਖਤ ਸ਼੍ਰੀ ਦਮਦਮਾ ਸਾਹਿਬ ਵੱਲ ਨੂੰ ਮੂੰਹ ਕਰਕੇ ਇੱਕ ਗੱਲ ਕਹੀ ਸੀ ਕਿ ਜਿੰ ਜਿਹੜੀ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਚੋਰੀ ਹੋਈ ਉਸ ਮਾਮਲੇ ਨੂੰ ਤੇ ਦੂਜਾ ਜਿਹੜਾ ਬੇਅਦਬੀ ਦਾ ਮਾਮਲਾ ਹੈ ਵੱਡਾ ਮਾਮਲਾ ਬੇਅਦਬੀ ਦਾ ਉਸ ਮਾਮਲੇ ਦੇ ਵਿੱਚ ਮੈਂ ਗੁਟਕਾ ਸਾਹਿਬ ਦੀ ਸੌਖਾਣਾ ਔਰ ਉਸ ਦੇ ਵਿੱਚ ਮੈਂ ਵੱਡੀ ਜਿਹੜੀ ਇਹ ਉਹ ਕੰਮ ਕਰਾਂਗਾ ਮੈਂ ਇਹਦੇ ਵਿੱਚ ਮਸਾਲੀ ਸਜਾਵਾਂ ਦਬਾਵਾਂਗਾ ਜਦੋਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਤਾਂ ਆਰਾਮ ਫਰਮਾ ਲਿਆ ਪਿਛਲੀ ਸਰਕਾਰ ਨੇ ਵੀ ਆਦੀ ਵਿੱਚ ਕੱਖ ਨਹੀਂ ਕੀਤਾ ਹੁਣ ਵਾਲਿਆਂ ਨੇ ਵੀ ਇਹਦੇ ਉੱਤੇ ਰਾਜਨੀਤੀ ਕੀਤੀ ਪਹਿਲਾਂ ਕਮਿਸ਼ਨ ਬਣਾ ਲਿਆ ਇੱਕ ਜਸਟਿਸ ਰਣਜੀਤ ਸਿੰਘ ਉਹਦੀ ਰਿਪੋਰਟ ਤੇ ਉੱਤੇ ਵਿਧਾਨ ਸਭਾ ਚ ਬਹਿਸ ਵੀ ਕਰ ਲਈ ਉਸ ਮਾਮਲੇ ਚ ਕੁਛ ਨਹੀਂ ਕੀਤਾ ਹੁਣ ਤੱਕ ਉਹ ਮਾਮਲਾ ਜਿਉਂ ਦੀ ਤਿਉ ਤੁਰਿਆ ਫਿਰਦਾ ਇੱਕ ਸੈਟ ਬਣ ਗਈ ਦੂਜੀ ਬਣ ਗਈ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚੋਂ ਜਿਵੇਂ ਕਹਿੰਦੇ ਆ ਵੀ ਤਕੜੇ ਦਾ ਸੱਤੀ ਵੀ ਹੀ 100 ਕਈ ਤਰ੍ਹਾਂ ਦੇ ਫੈਸਲੇ ਕਰਾ ਲਏ ਉਸੇ ਤਰ੍ਹਾਂ ਜਿਹੜੀ 2018 ਦੇ ਵਿੱਚ ਦੋ ਵਧੇਕ ਡਾਇਰੈਕਟਰ ਜਨਰਲ ਪੁਲਿਸ ਜਿਹੜੇ ਹੁਣ ਇਸ ਵੇਲੇ ਕਾਰਜਕਾਰੀ ਪੰਜਾਬ ਪੁਲਿਸ ਦੇ ਮੁਖੀ ਨੇ ਸੁਧਾਰਤ ਚਟੋਪਾਧਿਆ ਇੱਕ ਇਹਨਾਂ ਨੇ ਜਾਂਚ ਕਰਕੇ ਹਾਈ ਕੋਰਟ ਦੇ ਵਿੱਚ ਸੌਂਪ ਦਿੱਤੀ ਦੂਜੀ ਵਿਧੀਕ ਡਾਇਰੈਕਟਰ ਜਨਰਲ ਹਰਪ੍ਰੀਤ ਸਿੰਘ ਸਿੱਧੂ ਨੇ ਹੁਣ ਜਿਹੜੀ ਤਾਜ਼ਾ ਪਿਛਲੇ ਦਿਨਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਕੇਸ ਆਇਆ ਹੁਣ ਤੱਕ ਤਾਂ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਕਿ ਅੱਜ ਖੁੱਲ੍ਹੇਗੀ ਇਹ ਜਿਹੜੀ ਰਿਪੋਰਟ ਹੈ ਕੱਲ ਖੁੱਲ੍ਹ ਜੇਗੀ ਪਰਸੋਂ ਖੁੱਲ੍ਹ ਜੇਗੀ ਉਹਨੇ ਸਾਰਾ ਕੁਝ ਕੱਖ ਨਹੀਂ ਕੀਤਾ ਅਖੀਰ ਦੇ ਵਿੱਚ ਜਾ ਕੇ ਜਦੋਂ ਹੁਣ ਇਹ ਖੁੱਲ ਗਈ ਰਿਪੋਰਟ ਜਦੋਂ ਕੋਰਟ ਨੇ ਕਿਹਾ ਕਿ ਅਸੀਂ ਤੁਹਾਨੂੰ ਕਦੋਂ ਰੋਕਿਆ ਵੀ ਤੁਸੀਂ ਫਰਦਰ ਇਨਵੈਸਟੀਗੇਸ਼ਨ ਨਾ ਕਰੋ ਕਰੋ ਤਾਂ ਹਰਪ੍ਰੀਤ ਜਿਹੜੀ ਹੁਣ ਤੱਕ ਦੀ ਸੂਤਰਾਂ ਦੇ ਹਵਾਲੇ ਨਾਲ ਖਬਰ ਨਿਕਲ ਕੇ ਸਾਹਮਣੇ ਆਈ ਆ ਉਹ ਇਹ ਕਹਿੰਦੀ ਹੈ ਕਿ ਜਿਹੜੀ ਹਰਪ੍ਰੀਤ ਸਿੰਘ ਸਿੱਧੂ ਨੇ ਰਿਪੋਰਟ ਦਿੱਤੀ ਸੀ ਉਹਨੂੰ ਆਧਾਰ ਮੰਨ ਕੇ ਵਿਕਰਮ ਸੋਮਜੀਤਿਆ ਦੇ ਉੱਤੇ ਇਹ ਕੇਸ ਬੀਤੀ ਰਾਤ ਦਰਜ ਕਰ ਦਿੱਤਾ ਐਫ ਆਈ ਆਰ ਅਜੇ ਲੋਕਾਂ ਦੇ ਸਾਹਮਣੇ ਨਹੀਂ ਸੀ ਆਈ ਲੇਕਿਨ ਇਹਨਾਂ ਪਤਾ ਲੱਗਾ ਕਿ ਇਹ ਧਾਰਾ ਦੇ ਆ ਹਾਲਾਂਕਿ ਐਫ ਆਈ ਆਰ ਇੱਕ ਜਨਤਕ ਦਸਤਾਵੇਜ਼ ਹੈ ਉਹ ਨਾਲ ਦੀ ਨਾਲ ਜਨਤਾ ਦੇ ਵਿੱਚ ਚੱਲ ਜਾਂਦਾ ਜਦੋਂ ਉਹਦੇ ਵਿੱਚ ਕੋਈ ਵੀ ਜਿਹੜੀ ਸੰਬੰਧਤ ਅਦਾਲਤ ਹੈ ਥਾਣੇ ਨੂੰ 24 ਘੰਟੇ ਦੇ ਵਿੱਚ ਵਿੱਚ ਉਸ ਅਦਾਲਤ ਦੇ ਵਿੱਚ ਉਹਦੀ ਇੱਕ ਕਾਪੀ ਭੇਜਣੀ ਪੈਂਦੀ ਹੈ ਮੇਰੇ ਕੱਲ ਉੱਥੋਂ ਹੀ ਸਾਰਿਆਂ ਨੇ ਰਿਪੋਰਟਰ ਜਨੇ ਵੀ ਉਹ ਚੁੱਕ ਲੈਣੀ ਹੈ ਬੀਤੀ ਰਾਤ ਆ ਜਦੋਂ ਮਰਜੀ ਦੇ ਦੇਨ ਇਹ ਜਿਹੜੀ ਹੈ ਐਫ ਆਰ ਦੀ ਕਾਪੀ ਹੈ ਇਹ ਤਾਂ ਜਨਤਕ ਵੈਸੇ ਤਾਂ ਇਹਨਾਂ ਨੂੰ ਐਡੀ ਲਕੋਣ ਵਾਲੀ ਕੋਈ ਗੱਲ ਨਹੀਂ ਇਹਨੂੰ ਅਪਲੋਡ ਕਰ ਦੇਣਾ ਚਾਹੀਦਾ ਤੇ ਇਹਦੇ ਵਿੱਚ ਮੇਨ ਇਹ ਸੀ ਉਹ ਪਰਚਾ ਦਰਜ ਵਿਕਰਮ ਸਿੰਘ ਮਜੀਠੀਆ ਤੇ ਹੋ ਗਿਆ ਹੁਣ ਵਿਕਰਮ ਸਿੰਘ ਮਜੀਠੀਆ ਨੇ ਕਾਨੂੰਨੀ ਲੜਾਈ ਲੜਨੀ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਦੇਖਣਾ ਕਿ ਉਹਨਾਂ ਨੂੰ ਗ੍ਰਿਫਤਾਰੀ ਤੋਂ ਕਿਵੇਂ ਬਚਣਾ ਉਹਨਾਂ ਨੇ ਕੀ ਕਰਨਾ ਉਸ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਉਹ ਸੈਸ਼ਨ ਅਦਾਲਤ ਜਾਣਗੇ ਘੱਟੋ-ਘੱਟ ਸੈਸ਼ਨ ਦਾ ਮਾਮਲਾ ਹੈ ਜੇ ਇੱਥੋਂ ਰਾਹਤ ਨਾ ਮਿਲੀ ਤਾਂ ਹਾਈ ਕੋਰਟ ਜਾਣਗੇ ਹਾਈ ਕੋਰਟ ਤੋਂ ਰਾਹਤ ਨਾ ਮਿਲੀ ਤਾਂ ਸੁਪਰੀਮ ਕੋਰਟ ਤੱਕ ਵੀ ਜਾਣਗੇ ਪਰਚਾ ਦਰਜ ਕਰਤਾ ਪਰਚਾ ਦਰਜ ਕਰਨ ਤੋਂ ਬਾਅਦ ਇਹ ਅਦਾਲਤ ਵਿੱਚ ਸਾਬਤ ਕਰਨਾ ਬਹੁਤ ਵੱਡੀ ਗੱਲ ਹੈ ਇਹਦੇ ਵਿੱਚ ਜੇ ਤਾਂ ਅਦਾਲਤ 'ਚ ਸਾਬਤ ਕਰਤਾ ਤਾਂ ਅਦਾਲਤ ਵੱਲੋਂ 10 ਤੋਂ ਲੈ ਕੇ 20 ਲੱਖ ਤੱਕ ਨਾ 10 ਤੋਂ ਲੈ ਕੇ 20 ਸਾਲ ਤੱਕ ਇਦੇ ਵਿੱਚ ਸਜ਼ਾ ਹੋ ਸਕਦੀ ਹੈ 1 ਤੋਂ 2 ਲੱਖ ਦਾ ਜੁਰਮਾਨੇ ਦਾ ਪ੍ਰਵਿਧਾਨ ਹੈਗਾ ਜੇ ਇਹ ਕੇਸ ਸਾਬਤ ਨਹੀਂ ਹੁੰਦਾ ਵਿਕਰਮ ਸਿੰਘ ਮਜੀਠੀਆ ਇਹਦੇ ਵਿੱਚ ਬੱਚਾ ਕਾਇਦਾ ਬਰੀ ਹੋ ਜਾਂਦੇ ਨੇ ਤਾਂ ਵਿਕਰਮ ਸਿੰਘ ਮਜੀਠੀਆ ਨੇ ਫਿਰ 182 ਤੇ ਮਾਨ ਹਾਨੀ ਦਾ ਕੇਸ ਇਹਨਾਂ ਤੇ ਕਰਿਆ ਜਾਣਾ ਸੋ ਹੁਣ ਤੱਕ ਲੋਕਾਂ ਦਾ ਕਈਆਂ ਦਾ ਮਜੀਠੀਆ ਦੇ ਹੱਕ ਚ ਅਕਾਲੀ ਦਲ ਦਾ ਕਾਂਗਰਸ ਦਾ ਵਿਰੋਧ ਚ ਨਵਜੋਤ ਸਿੰਘ ਸਿੱਧੂ ਦਾ ਟਵੀਟ ਆਇਆ ਹੈ ਕਿ ਜਦੋਂ ਇਮਾਨਦਾਰ ਅਧਿਕਾਰੀ ਅੱਗੇ ਆਉਂਦੇ ਨੇ ਫਿਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਤਾਂ ਹੁੰਦੀਆਂ ਨਹੀਂ ਅੱਗੇ ਹੁਣ ਆਪਾਂ ਨੂੰ ਪਤਾ ਲੱਗੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਹੁੰਦਾ ਹੈ ਕਾਨੂੰਨਨ ਤੌਰ ਦੇ ਉੱਤੇ ਦੋਹਾਂ ਧਿਰਾਂ ਕੋਲ ਲੜਾਈ ਲੜਨ ਦਾ ਪੂਰੀ ਖੋਲ ਹੈ ਉੱਥੇ ਸਿਰ ਵਿਕਰਮ ਅਜੀਠੀਆ ਤੇ ਐਫ ਆਈ ਆਰ ਦਾ ਦਰਜ ਹੋਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਵੱਡੇ ਬਾਦਲ ਵੱਲੋਂ ਸਿਆਸੀ ਬਦਲਾਖੋਰੀ ਦੱਸਿਆ ਗਿਆ ਇਹਨਾਂ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸੁਖਵੀਰ ਸੋ ਬਦਲ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਵਿਕਰਮ ਸਿੰਘ ਜੀਠੀਏ ਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਨੇ ਹਾਂਜੀ ਕਿਉਂਕਿ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਧਰਮ ਪਤਨੀ ਨੇ ਸੁਖਵੀਰ ਸਿੰਘ ਬਾਦਲ ਦੇ ਉਹ ਵਿਕਰਮ ਸਿੰਘ ਜੀਠੀਏ ਦੇ ਭੈਣ ਨੇ ਤੇ ਬਾਦਲ ਸਾਹਿਬ ਬੀਬਾ ਜੀ ਦੇ ਸਹੁਰਾ ਸਾਹਿਬ ਨੇ ਹੁਣ ਜੇ ਦੂ ਦੇ ਭਰਾ ਤੇ ਕੋਈ ਮਾਮਲਾ ਦਰਜ ਹੋਵੇਗਾ ਤੇ ਪਰਿਵਾਰਕ ਮੈਂਬਰ ਤਾਂ ਪਹਿਲਾਂ ਬੋਲਣਗੇ ਅੱਜ ਸੁਖਵੀਰ ਸਿੰਘ ਨੇ ਮੀਡੀਆ ਦੇ ਸਾਹਮਣੇ ਹੁੰਦਿਆਂ ਕਿਹਾ ਕਿ ਸਿਆਸੀ ਬਦਲਾਖੋਰੀ ਨਾਲ ਕੀਤਾ ਜਾ ਰਿਹਾ ਹੈ ਜਿਹੜੇ ਜਿਹੜੇ ਅਧਿਕਾਰੀਆਂ ਨੇ ਇਹ ਕੁਝ ਕੀਤਾ ਉਹ ਹੁਣ ਤਿਆਰ ਰਹਿਣ ਉਹਨਾਂ ਨੂੰ ਬਰਖਾਸਤ ਕੀਤਾ ਜਾਵੇਗਾ ਸਿਆਸਤਦਾਨ ਜਿਹਦਾ ਜਿਹਦਾ ਯੋਗਦਾਨ ਹੈ ਉਹਨੂੰ ਨਕੇਲ ਪਾ ਕੇ ਫੜ ਕੇ ਅੰਦਰ ਕੀਤਾ ਜਾਵੇਗਾ ਸਖਵੀਰ ਸਿੰਘ ਬਾਦਲ ਹੁਣੇ ਦਾ ਬਾਬਾ ਚਰ ਤੋਂ ਇੱਕ ਲਾਲ ਡੈਰੀ ਵੀ ਚੱਕੀ ਫਿਰਦੇ ਆ ਉਹ ਲਾਲ ਡੈਰੀ ਦੇ ਵਿੱਚ ਕਹਿੰਦੇ ਮੈਨੂੰ ਇੰਦਰਾਜ ਕਰੀ ਜਾਣਾ ਇਹਨਾਂ ਦੇ ਸਾਰਿਆਂ ਦੇ ਜਿਹੜੇ-ਜਿਹੜੇ ਇਹ ਗਲਤ ਕੰਮ ਕਰਦੇ ਐ ਜੇ ਉਹਨੂੰ ਮੰਨ ਲਿਆ ਜਾਵੇ ਤਾਂ ਸੁਖਵੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਵੀ ਐ ਤੇ ਸਦਾ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੇ ਸਰਪ੍ਰਸਤ ਨਹੀਂ ਰਿਸ਼ਤੇਦਾਰੀਆਂ ਵੀ ਨਹੀਂ ਜਿੱਕੀਆਂ ਨੇ ਤੇ ਉਹਨਾਂ ਨੂੰ ਆਪ ਦੇ ਵਰਕਰਾਂ ਦੇ ਨਾਲ ਖੜਨਾ ਹੀ ਪੈਣਾ ਤੇ ਵਿਕਰਮ ਸਿੰਘ ਜੀਠੀਆ ਤਾਂ ਨਹੀਂ ਜਿੱਕੀ ਰਿਸ਼ਤੇਦਾਰ ਐ ਉਹਨਾਂ ਨੇ ਜਿਹੜੀ ਗੱਲ ਅੱਜ ਕੀਤੀ ਆ ਸਿਆਸੀ ਤੌਰ ਦੇ ਉੱਤੇ ਉਹਨਾਂ ਦਾ ਕਹਿਣਾ ਬੰਦਾ ਸੀ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜੇ ਇਹ ਕੇਸ ਦੇ ਵਿੱਚ ਦਮ ਨਾ ਹੋਇਆ ਤਾਂ ਇਹ ਕੇਸ ਕੋਰਟ 'ਚ ਖੜਨਾ ਨਹੀਂ ਅਦਾਲਤ 'ਚ ਜੇ ਕੇਸ ਦੇ ਵਿੱਚ ਬਕਾਇਦਾ ਸਬੂਤਾਂ ਦੇ ਆਧਾਰ ਤੇ ਸਾਰਾ ਕੁਝ ਕਰ ਦਿੱਤਾ ਗਿਆ ਤੇ ਫਿਰ ਇਹਦੇ 'ਚ ਸੱਗਾ ਵੀ ਹੋ ਸਕਦੀ ਹੈਗੀ ਇਹ ਤਾਂ ਹੁਣ ਸਰਕਾਰੀ ਧਿਰ ਨੇ ਜਿਹੜੇ ਇਹਨਾਂ ਦੇ ਸਰਕਾਰੀ ਵਕੀਲ ਨੇ ਪਿਛਲਾ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦਾ ਸਮਾਂ ਤਾਂ ਇਹੀ ਰਿਹਾ ਹੈ ਕਿ ਜਦੋਂ ਵੀ ਬੇਅਦਬੀ ਵਾਲਾ ਮਾਮਲਾ ਅਦਾਲਤ ਦੇ ਵਿੱਚ ਜਾਂਦਾ ਸੀ ਤਾਂ ਉਹਨਾਂ ਦੇ ਐਡਵੋਕੇਟ ਜਰਨਲ ਸਾਹਿਬ ਬਿਮਾਰ ਹੋ ਕੇ ਸਟ੍ਰੈਚਰ ਤੇ ਪੈ ਜਾਂਦੇ ਸੀ ਉਹਦੇ ਕਰਕੇ ਉਹਦੇ ਕੇਸ ਦੇ ਵਿੱਚ ਬਹੁਤ ਲੰਬਾ ਸਮਾਂ ਭੁਗਤਣਾ ਪਿਆ ਹੁਣ ਜਿਹੜੀ ਇਹਨਾਂ ਨੇ ਦੋਹਾ ਆਗੂਆਂ ਨੇ ਗੱਲ ਕੀਤੀ ਹੈ ਇਹ ਜਿਹੜਾ ਹੈਗਾ ਉਹਨਾਂ ਦਾ ਕਹਿਣਾ ਬਣਦਾ ਸੀ ਕਿਉਂਕਿ ਉਹ ਆਪਦੀ ਪਾਰਟੀ ਨੂੰ ਡਿਫੈਂਡ ਕਰਨਗੇ ਕਰਨਗੇ ਆਪਦੇ ਮੈਂਬਰਾਂ ਨੂੰ ਡਿਫੈਂਡ ਕਰਨਗੇ ਤਾਂ ਹੀ ਪਾਰਟੀ ਵਰਕਰਾਂ ਦੇ ਹੌਸਲੇ ਰਹਿੰਦੇ ਐ ਜੇ ਜਿਹੜੇ ਪਾਰਟੀਆਂ ਚਲਾਉਣ ਵਾਲੇ ਮੁਖੀ ਨੇ ਉਹੀ ਢਿੱਲੇ ਪੈ ਜਾਣਗੇ ਫਿਰ ਵਰਕਰਾਂ ਦਾ ਆਟੋਮੈਟਿਕ ਹੈ ਉਹ ਵੀ ਢਿੱਲੇ ਪੈ ਜਾਣਗੇ ਸੋ ਵਰਕਰਾਂ ਦੇ ਹੌਸਲੇ ਬਲੰਦ ਕਰਨ ਵਾਸਤੇ ਸੁਖਵੀਰ ਸਿੰਘ ਨੇ ਇਹ ਬਿਆਨ ਦਿੱਤੇ ਨੇ ਬਲਜੀਤ ਸਿੰਘ ਦਾਦੂਵਾਲ ਨੇ ਜੀ ਚਰਨਜੀਤ ਸਿੰਘ ਚੰਨੀ ਤੇ ਡੀਜੀਪੀ ਦੀ ਪਿੱਠ ਥਾਪਣ ਦੇ ਹੋਏ ਉਹਨਾਂ ਨੂੰ ਵਧਾਈ ਦਿੱਤੀ ਹੈ ਜੀ ਇਹ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਗੁਰਦੁਆਰਾ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਦੇ ਪ੍ਰਧਾਨ ਨੇ ਧਾਰਮਿਕ ਆਗੂ ਨੇ ਜਿਹੜਾ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਸੀ ਉਹਦੇ ਵਿੱਚ ਉਹਨਾਂ ਦੀ ਧਿਆਨ ਸਿੰਘ ਵੰਡ ਹੋਰਾਂ ਦੇ ਨਾਲ ਅਹਿਮ ਭੂਮਿਕਾ ਸੀ ਧਾਰਮਿਕ ਸ਼ਖਸੀਅਤ ਨੇ ਪਿਛਲੇ ਕਾਫੀ ਸਮੇ ਤੋਂ ਉਹ ਪ੍ਰਚਾਰ ਵਗੈਰਾ ਕਰਦੇ ਰਹਿੰਦੇ ਆ ਉਹਨਾਂ ਨੇ ਅੱਜ ਆਪਣੇ ਚੈਨਲ ਤੇ ਹੀ ਜੁੜ ਕੇ ਗੱਲ ਆਖੀ ਕਿ ਹੁਣ ਤੱਕ ਲਫਾਫੇਬਾਜੀ ਹੋ ਰਹੀ ਸੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੀਜੀਪੀ ਸਧਾਰਤ ਚਟੋ ਪਾਧਿਆ ਨੇ ਘੱਟੋ-ਘੱਟ ਹਿੰਮਤਤਾ ਕੀਤੀ ਕਿਉਂਕਿ ਇਹ ਕੇਸ ਦੇ ਵਿੱਚ ਹੁਣ ਤੱਕ ਇਹ ਕਿਹਾ ਜਾ ਰਿਹਾ ਕਿ ਤਿੰਨ ਬਧੀਕ ਡੀਜੀਪੀ ਪੱਧਰ ਦੇ ਅਧਿਕਾਰੀਆਂ ਨੇ ਜਾਂ ਡੀਜੀਪੀ ਪੱਧਰ ਦੇ ਅਧਿਕਾਰੀਆਂ ਨੇ ਇਹਦੇ 'ਚ ਕੋਈ ਕਾਰਵਾਈ ਕਰਨ ਤੋਂ ਪਾਸਾ ਵੱਟ ਲਿਆ ਸੀ ਸਮਾਂ ਬੜਾ ਨਾਜ਼ੁਕਾ ਬੜਾ ਥੋੜਾ ਰਹਿ ਗਿਆ ਇਹ ਨਹੀਂ ਕਿਹਾ ਜਾ ਸਕਦਾ ਕਿ ਅਗਲੀ ਸਰਕਾਰ ਕਿਹਦੀ ਬਣੇਗੀ ਇਸ ਲਈ ਉਹਨਾਂ ਨੇ ਕਹਿੰਦੇ ਪਾਸਾ ਵੱਟਣਾ ਚੰਗਾ ਸਮਝਿਆ ਪਰ ਸਧਾਰਤ ਚਟੋ ਪਾਦਿਆ ਉਹ ਬਕਤੀ ਨੇ ਜਿਨੇ ਇਸ ਮਾਮਲੇ ਦੇ ਵਿੱਚ ਇਹਦੀ ਸਾਰੀ ਜਾਂਚ ਕੀਤੀ ਆ ਇੱਕ ਉਹਨਾਂ ਨੇ ਕੀਤੀ ਸੀ ਇੱਕ ਬਧੀਖ ਡਾਇਰੈਕਟਰ ਜਨਰਲ ਹਰਪ੍ਰੀਤ ਸਿੰਘ ਸਿੱਧੂ ਨੇ ਕੀਤੀ ਸੀ ਸੋ ਉਹਨਾਂ ਨੇ ਪਿੱਠ ਥਾਪੜਿਆ ਕਿਹਾ ਕਿ ਘੱਟੋ-ਕੱਟ ਇਹਨਾਂ ਨੇ ਜ਼ੁਰਤਦਾ ਕੀਤੀ ਵੱਡੀ ਮਸ਼ੀਨ ਤੋਂ ਹੱਥ ਪਾਉਣ ਦੀ ਇਹ ਉਦੋਂ ਤੱਕ ਅਸੀਂ ਕਿਸੇ ਬੰਦੇ ਨੂੰ ਦੋਸ਼ੀ ਨਹੀਂ ਕਹਿ ਸਕਦੇ ਜਦੋਂ ਤੱਕ ਉਹਦੇ ਤੇ ਦੋਸ਼ ਅਦਾਲਤ ਵਿੱਚ ਸਾਬਤ ਨਾ ਹੋ ਜਾਣ ਇਸ ਕਰਕੇ ਜਿਹੜਾ ਮਤਲਬ ਦਾਦੂਵਾਲ ਸਾਹਿਬ ਨੇ ਕਿਹਾ ਵੀ ਘੱਟੋ-ਘੱਟ ਹੁਣ ਤੱਕ ਜਿਹੜੇ ਛੋਟੇ ਬੰਦਿਆਂ ਨੂੰ ਹੱਥ ਪਾਇਆ ਜਾ ਰਿਹਾ ਸੀ ਜੇ ਹੁਣ ਵਿਜੀਤੀਆ ਸਾਹਿਬ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਵਿਕਰਮ ਜੀਠਿਆ ਤੇ ਤਾਂ ਇਹਦਾ ਮਤਲਬ ਵੱਡੇ ਘਰਵਾਲਿਆਂ ਨੂੰ ਜਿਹੜੀ ਡੰਡੀ ਜਾਂਦੀ ਸੀ ਉਹਨੂੰ ਹੱਥ ਪਾਉਣ ਦਾ ਯਤਨ ਕੀਤਾ ਗਿਆ ਉਹਨਾਂ ਨੇ ਦੋਹਾਂ ਮੁੱਖ ਮੰਤਰੀ ਦੀ ਵੀ ਤੇ ਡੀਜੀਪੀ ਦੀ ਦੋਹਾਂ ਦੀ ਕਾਰਗੁਜ਼ਾਰੀ ਦੀ ਛਲਾਗਾ ਕੀਤੀ ਹੈ ਕਿ ਘੱਟੋ-ਘੱਟ ਕਿਸੇ ਨੇ ਹਿੰਮਤ ਤਾਂ ਦਿਖਾਈ ਅਜਿਹਾ ਕਰਨ ਦੀ ਵਿਕਰਮ ਮਜੀਠੀਆ ਤੇ ਐਫਆਈਆਰ ਦਰਜ ਹੋਣ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਅੱਜ ਹਾਂ ਪ੍ਰਸਤਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਮਿਲਣੀ ਕੀਤੀ ਹੈ ਚੰਦੂ ਮਾਜਰਾ ਸਾਹਿਬ ਉਹ ਹੁਣ ਅਕਾਲੀ ਦਲ ਕੋਲੇ ਬੰਦੇ ਰਹਿ ਕਿੰਨੇ ਕਿਗੇ ਜਿਹੜੇ ਉਹਨਾਂ ਦੀ ਗੱਲਬਾਤ ਕਰ ਸਕਣ ਜਾਂ ਜਿਹੜੇ ਵੱਡੇ ਲੋਕ ਆਪਣੇ ਆਪ ਨੂੰ ਅਕਾਲੀ ਕਹੋਂਦੇ ਸੀ ਅਕਾਲੀ ਸੋਚ ਤੇ ਪਹਿਰਾ ਦਿੰਦੇ ਸੀ ਉਹਨਾਂ ਦੀ ਗਿਣਤੀ ਸਮੇਂ ਸਿਰ ਘਟਦੀ ਜਾ ਰਹੀ ਹੈ ਜਿਹਦਾ ਅਕਾਲੀ ਦਲ ਨੂੰ ਚਿੰਤਾ ਕਰਨੀ ਚਾਹੀਦੀ ਹੈ ਅੱਜ ਅਕਾਲੀ ਦਲ ਨੇ ਇਹ ਗੱਲ ਕਹੀ ਹੈ ਕਿ ਕਾਂਗਰਸੀ ਆਪੇ ਹੀ ਜੱਜ ਬਣ ਜਾਂਦੇ ਨੇ ਆਪੇ ਹੀ ਫੈਸਲੇ ਕਰ ਲੈਂਦੇ ਨੇ ਆਪ ਹੀ ਸਾਰਾ ਕੁਝ ਕਰੀ ਜਾਂਦੇ ਨੇ ਉਹ ਕਹਿੰਦੇ ਵੀ ਇਹ ਝੂਠਾ ਕੇਸ ਵਿਕਰਮ ਸਿੰਘ ਜੀਠੀਆ ਤੇ ਦਰਜ ਕੀਤਾ ਹੈ ਇਹ ਝੂਠਾ ਕੇਸ ਉਹਨਾਂ ਤੇ ਦਰਜ ਨਹੀਂ ਹੋਣਾ ਚਾਹੀਦਾ ਸੀ ਉਹ ਕਹਿੰਦੇ ਵੀ ਪੰਜਾਬ ਸਾਡੇ ਨਾਲ ਪੰਗਾ ਨਾਲ ਉਹ ਨਾਲ ਉਹਨਾਂ ਨੇ ਬੜਕ ਵੀ ਮਾਰੀ ਹੈ ਕਿ ਐਵੇਂ ਨਾ ਸਾਨੂੰ ਢਿਲੇ ਸਮਝ ਲਿਓ ਕਈ ਆਗੂਆਂ ਨੇ ਉਹਨਾਂ ਦਿਆਂ ਨੇ ਬੜਕਬਾਰੀ ਹੈ ਜਿਨ੍ਹਾਂ ਚੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਹਰਿੰਦਰਪਾਲ ਚੰਦੂ ਮਾਜਰਾ ਨੇ ਐਨ ਕੇ ਸ਼ਰਮਾ ਨੇ ਚਰਨਜੀਤ ਸਿੰਘ ਬਰਾੜ ਨੇ ਹੋਰ ਆਗੂ ਵੀ ਹੈਗੇ ਨੇ ਜਿਨ੍ਹਾਂ ਨੇ ਇਹਦੇ ਤੇ ਕਾਫੀ ਕਿਹਾ ਕਿ ਅਕਾਲੀਆਂ ਨੂੰ ਐਂ ਡਰਾਇਆ ਨਹੀਂ ਡਰਦੇ ਹੈਗੇ ਸੋ ਅਸੀਂ ਕਹਿੰਦੇ ਹਾਂ ਕਿ ਸਿਆਸੀ ਬਦਲਾਖੋਰੀ ਕਿਸੇ ਤੇ ਨਾ ਕੀਤੀ ਜਾਵੇ ਇਹ ਢੰਗ ਚੱਲ ਪਏ ਨੇ ਸਿਆਸਤ ਨੂੰ ਸਿਆਸਤ ਰਹਿਣ ਦਿਓ ਸਿਆਸਤ ਨੂੰ ਸਿਆਸਤ ਵਾਂਗ ਚੱਲੋ ਹਮਾਮ ਚ ਸਾਰੇ ਇੱਕੋ ਜਿਹੇ ਨੇ ਨੰਗੇ ਨੇ ਸੋ ਮੈਂ ਜਿਹੜੀ ਤੁਹਾਨੂੰ ਗੱਲ ਕਹਾ ਰਮਨ ਜਦੋਂ ਤੋਂ 2002 ਤੋਂ ਇਹ ਕੰਮ ਸ਼ੁਰੂ ਹੋਇਆ ਸੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲਾਈ ਵੀ ਇਹਨਾਂ ਦੀ 3500 ਕਰੋੜ ਦੀ ਜਾਇਦਾਦ ਹੈ ਜਿਹੜੇ ਅਦਾਲਤਾਂ ਦੇ ਵਿੱਚ ਨਹੀਂ ਹੋਏ ਉਹੀ ਅਧਿਕਾਰੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜਦੇ ਸੀ ਜਦੋਂ ਸਰਕਾਰ ਬਦਲੀ ਉਹਨਾਂ ਨੇ ਜਾ ਕੇ ਬਿਆਨ ਦੇ ਦੇ ਕੇ ਉਸ ਕੇਸ ਦਾ ਪੱਠਾ ਵਹਾਇਆ ਸਾਰਿਆਂ ਨੂੰ ਪਤਾ ਹੈ ਇੱਕ ਕਮਿਸ਼ਨ ਬਣਾ ਦਿਓ 1980 ਤੋਂ ਪਹਿਲਾਂ ਜਾਇਦਾਦਾਂ ਕਿੰਨੀਆਂ ਸੀ ਇਹਨਾਂ ਰਾਸੀਆਗੂਆਂ ਦੀਆਂ ਅੱਜ ਇਹ ਕਿੰਨੇ ਕਿੰਨੇ ਕਰੋੜ ਦੇ ਮਾਲਕ ਨੇ 1980 'ਚ ਪੰਜਾਬ ਦੀ ਸਥਿਤੀ ਕੀ ਸੀ ਤੇ ਅੱਜ ਕੀ ਹੈ ਆਰਥਿਕ ਤੌਰ ਦੇ ਉੱਤੇ ਇਹ ਸਾਰਾ ਕੁਝ ਇੱਕ ਵਾਈਟ ਪੇਪਰ ਸਫੈਦ ਪੱਤਰ ਕਮਿਸ਼ਨ ਬਣਾ ਕੇ ਜਾਰੀ ਕੀਤਾ ਜਾਵੇ ਲੋਕਾਂ ਦੇ ਪਤਾ ਤਾਂ ਲੱਗੇ ਕਿ ਇਹਨਾਂ ਦੀਆਂ ਜਾਇਦਾਦਾਂ ਦੇ ਇਹਨਾਂ ਦੀਆਂ ਗੋਗੜਾਂ ਇਹਨਾਂ ਦੀਆਂ ਜਿਹੜੀਆਂ ਤਜੋਰੀਆਂ ਨੇ ਉਹ ਗੋਗੜਾ ਇਹਨੀਆਂ ਮੋਟੀਆਂ ਹੋ ਚੁੱਕੀਆਂ ਨੇ ਜਿੰਨੀਆਂ ਮਤਲਬ ਪੰਜਾਬ ਦੀਆਂ ਸੁਗੜ ਰਹੀਆਂ ਨੇ ਪੰਜਾਬ ਦਾ ਖਜ਼ਾਨਾ ਢਿੱਲਾ ਪੈਂਦਾ ਜਾ ਰਿਹਾ ਸੋ ਇਸ ਕਰਕੇ ਇਹ ਸਾਰੇ ਮਾਮਲੇ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਜਾਂਚ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਕਿ 2002 ਤੋਂ ਇਹ ਚੱਲ ਪਿਆ ਨਿੱਜੀ ਕੀੜਾ ਕੱਢਣ ਵਾਸਤੇ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣ ਵਾਸਤੇ ਵੱਡੀ ਪੱਧਰ ਤੇ ਸੁੱਟਿਆ ਜਾਂਦਾ ਪਰ ਜਿਹੜਾ ਅਸਲੀ ਮੁੱਦਿਆਂ ਤੋਂ ਧਿਆਨ ਪਟਕਾ ਦਿੱਤਾ ਜਾਂਦਾ ਔਰ ਜਦੋਂ ਵੀ ਕੋਈ ਭੀੜ ਪੈਂਦੀ ਹੈ ਇੱਕ ਦੂਜੇ ਤੋਂ ਮੁੱਦੇ ਬਦਲ-ਬਦਲ ਕੇ ਬਦਲ-ਬਦਲ ਕੇ ਲੋਕਾਂ ਦਾ ਧਿਆਨ ਬਦਲਣ ਦਾ ਯਤਨ ਕੀਤਾ ਜਾਂਦਾ ਸੋ ਚੰਦੂ ਮજરા ਸਾਹਿਬ ਨੇ ਕਿਹਾਗਾ ਕਿ ਅਸੀਂ 5 ਸਾਲਾਂ ਦਾ ਜਿਹੜਾ ਇਹਨਾਂ ਨੇ ਕੋਈ ਵਿਕਾਸ ਆ ਉਹ ਅੱਗੇ ਰੱਖੋ ਨਾ ਕਿ ਬਦਲਾਖੋਰੀ ਕਰੋ ਜੇ ਵਾਕਈਏ ਬਦਲਾਖੋਰੀ ਆ ਤਾਂ ਬੜੀ ਮਾੜੀ ਹੈ ਨਹੀਂ ਹੋਣੀ ਚਾਹੀਦੀ ਇਹਦੇ ਤੇ ਕੋਈ ਨਾ ਕੋਈ ਹੋਰ ਜਿਹੜਾ ਕੰਮ ਹੈ ਉਹ ਕੀਤਾ ਜਾਣਾ ਚਾਹੀਦਾ ਵਿਕਰਮ ਸਿੰਘ ਮਜੀਠੀਆ ਤੇ ਐਫਆਈਆਰ ਦਰਜ ਹੋਣ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਵੱਖ-ਵੱਖ ਪ੍ਰਤੀਕਿਰਿਆ ਦਿੱਤੀਆਂ ਜਾ ਰਹੀਆਂ ਉੱਥੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜਦੋਂ ਇਮਾਨਦਾਰ ਅਫਸਰ ਅੱਗੇ ਆਉਣਗੇ ਤਾਂ ਕਾਰਵਾਈ ਜ਼ਰੂਰ ਹੋਵੇਗੀ ਇਹਨਾਂ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਸਾਰੇ ਆਗੂਆਂ ਦੇ ਅੱਜ ਬਿਆਨ ਦੇਖੇ ਜਾ ਰਹੇ ਨੇ ਜਿਹੜੇ ਇਸ ਇਸ਼ੂ ਦੇ ਉੱਤੇ ਬੋਲ ਰਹੇ ਨੇ ਨਵਜੋਤ ਸਿੰਘ ਸਿੱਧੂ ਸੂਬਾ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਇਹ ਕਹਿਣਾ ਕਿ ਜਦੋਂ ਇਮਾਨਦਾਰ ਸ਼ਖਸੀਅਤ ਦੇ ਹੱਥ ਬੰਗਡੋਰ ਹੋਵੇਗੀ ਤਾਂ ਫਿਰ ਐਸਤਰਾਆਂ ਦੀਆਂ ਜਿਹੜੀਆਂ ਕੇਸ ਨੇ ਜਿਹੜੇ ਹੁਣ ਤੱਕ ਬਕਾਇਆ ਪਏ ਸੀ ਕਿ ਹੱਥ ਨਹੀਂ ਪਾਉਂਦਾ ਸੀ ਉਹ ਫਿਰ ਉਹਨਾਂ ਤੇ ਵਿੱਚ ਕੰਮ ਹੋਵੇਗਾ ਐਨਕੇ ਸ਼ਰਮਾ ਨੇ ਆਪਣਾ ਬਿਆਨ ਦਿੱਤਾ ਹੈ ਇਸੇ ਤਰ੍ਹਾਂ ਜਿਹੜੇ ਤੀਜੇ ਨੇ ਕੁਲਤਾਰ ਸਿੰਘ ਸੰਧਵਾ ਹਰਪਾਲ ਸੋ ਚੀਮਾ ਸਾਡੇ ਨਾਲ ਫੋਨ ਤੇ ਜੁੜ ਚੁੱਕੇ ਸੀਗੇ ਉਹ ਕਹਿੰਦੇ ਵੀ ਅਸੀਂ ਲੀਗਲ ਇਹਦੇ ਕਾਨੂੰਨੀ ਪੱਖ ਦੇਖ ਰਹੇ ਹਾਂ ਇਸ ਕੇਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਅਸੀਂ ਠਿਰ ਬੰਨਣਾ ਕਿ ਨਹੀਂ ਬੰਨਣਾ ਉਹ ਕਹਿੰਦੇ ਅਸੀਂ ਇਹਦੇ ਤੇ ਸਾਰਾ ਸਾਡੀ ਜਿਹੜੀ ਪਾਰਟੀ ਹੈ ਉਹ ਇਸ ਮਾਮਲੇ ਨੂੰ ਦੇਖ ਰਹੀ ਹੈ ਦੇਖ ਕੇ ਉਸ ਤੋਂ ਬਾਅਦ ਦੇਖਾਂਗੇ ਕਿ ਇਹਦੇ ਤੇ ਅੱਗੇ ਕਰਨਾ ਕੀ ਹੈ ਸੋ ਸਾਰੀਆਂ ਰਾਸ਼ਟਰੀ ਪਾਰਟੀਆਂ ਦੇ ਆਗੂਆਂ ਦੇ ਬਕ-ਬਕ ਬਿਆਨ ਆ ਰਹੇ ਨੇ ਪ੍ਰਮੁੱਖ ਆਗੂ ਕੋਈ ਵਿਕਰਮ ਸਿੰਘ ਮਜੀਠੀਆ ਦੇ ਹੱਕ ਚ ਬੋਲਦੇ ਨੇ ਉਹਦੇ ਉਲਟ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਆਗੂ ਨੇ ਕੋਈ ਕੋਈ ਕਹਿ ਰਿਹਾ ਕਿ ਬਹੁਤ ਵਧੀਆ ਹੋਇਆ ਕੋਈ ਕਹਿੰਦਾ ਕਿ ਮਸਾਲੀ ਕੰਮ ਹੋਇਆ ਕੋਈ ਕੁਝ ਕਹਿੰਦਾ ਆਪੋ ਆਪਣੀ ਪਾਰਟੀ ਦੀ ਸੋਚ ਮੁਤਾਬਕ ਇਹ ਆਗੂ ਜਿਹੜੇ ਨੇ ਆਪੋ ਆਪਣੀ ਬਿਆਨਬਾਜ਼ੀ ਕਰ ਰਹੇ ਨੇ ਸਾਫ ਦਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਕਾਂਗਰਸ ਤੋਂ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਿਲ ਹੋ ਗਏ ਨੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਜਿਹੜਾ ਰਾਣਾ ਗੁਰਮੀਤ ਸਿੰਘ ਸੋਢੀ ਐ ਇਹ ਭਾਰਤੀ ਜਨਤਾ ਪਾਰਟੀ ਚਲੇਗਾ ਸਾਰਿਆਂ ਨੂੰ ਪਤਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦਾ ਚਹਿੱਤਾ ਸੀ ਬਹੁਤ ਵੱਡਾ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਗਿਆ ਉਹ ਭਾਰਤੀ ਜਨਤਾ ਪਾਰਟੀ 'ਚ ਚਲਿਆ ਗਿਆ ਅਗਲੇ ਸਮੇਂ 'ਚ ਕਾਂਗਰਸ ਕਿਸੇ ਨਵੇਂ ਚਿਹਰੇ ਨੂੰ ਉਥੋਂ उतਾਰੇਗੀ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਪਾਰਟੀਆਂ ਬਦਲ ਕੇ ਕਾਂਗਰਸ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਚਿਹਤੇ ਬਣ ਗਏ ਕਾਂਗਰਸ ਹੀ ਇਹ ਗੱਲ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਵੱਡੀ ਪਦਰ ਦੇ ਉੱਤੇ ਪਹਿਲਾਂ ਤੋਂ ਹੀ ਭਾਰਤੀ ਜਨਤਾ ਪਾਰਟੀ ਦੇ ਨਾਲ ਰਲੇ ਹੋਏ ਸਨ ਰਾਣਾ ਗੁਰਬੀਰ ਸਿੰਘ ਸੋਢੀ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਉਹ ਕਿਸ ਤਰ੍ਹਾਂ ਦਾ ਬੰਦਾ ਹੈਗਾ ਕਿਸ ਤਰ੍ਹਾਂ ਦੀਆਂ ਚਰਚਾਵਾਂ ਉਹਦੇ ਨਾਲ-ਨਾਲ ਜੁੜੀਆਂ ਹੋਈਆਂ ਨੇ ਸੋ ਖੁੱਲੀ ਛੁੱਟੀ ਹੈ ਕਿਸੇ ਬੰਦੇ ਨੂੰ ਛੱਡ ਕੇ ਜਾਣ ਦੀ ਇਹ ਵੀ ਚਰਚਾ ਚੱਲ ਰਹੀ ਹੈ ਕਿ ਕੁਝ ਹੋਰ ਵਿਧਾਇਕ ਮੰਤਰੀ ਜਾਂ ਜ਼ਿਲ੍ਹਾ ਪ੍ਰਧਾਨ ਵਗੈਰਾ ਵੀ ਕੈਪਟਨ ਅਬਰਿੰਦਰ ਸਿੰਘ ਨੇ ਬੜਾ ਲੰਮਾ ਸਮਾਂ ਕਾਂਗਰਸ ਰਾਹੀਂ ਦੋ ਵਾਰੀ ਮੁੱਖ ਮੰਤਰੀ ਬਣੇ ਨੇ ਉਹਨਾਂ ਦੇ ਚਹੇਤੇ ਕਾਫੀ ਨੇ ਜਿਹੜੇ ਉਹਨਾਂ ਦੇ ਚਹੇਤੇ ਨੇ ਉਹਨਾਂ ਨੇ ਉਹਨਾਂ ਦੇ ਨਾਲ ਹੀ ਜਾਣਾ ਹੈ ਕਈਆਂ ਦੇ ਚਰਚੇ ਨੇ ਕਈ ਗਾਇਕਾਂ ਦੇ ਚਰਚੇ ਵੀ ਨੇ ਹੋਰਾਂ ਦੇ ਚਰਚੇ ਵੀ ਨੇ ਕਈਆਂ ਨੂੰ ਸਿੱਧੇ ਰੂਪ ਦੇ ਵਿੱਚ ਜਿਵੇਂ ਅਕਾਲੀ ਦਲ ਤੇ ਬਸਪਾ ਦਾ ਸਮਝੌਤਾ ਹੋਇਆ ਹੈ ਕਈਆਂ ਨੂੰ ਅਕਾਲੀ ਦਲ ਭਾਜਪਾ ਚੋਂ ਆਪਦੀ ਪਾਰਟੀ ਚ ਲਿਆਂਦਾ ਜਾ ਰਿਹਾ ਹੈ ਅਜੇ ਤੱਕਰ ਪੰਜਾਬ ਦਾ ਜਿਹੜਾ ਚੋਣ ਸੀਨ ਹੈ ਉਹ ਸਾਫ਼ ਨਹੀਂ ਹੈ ਅਗਲੇ ਸਮੇਂ ਚ ਪਤਾ ਲੱਗੇਗਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਤਰੀਕ ਨੂੰ ਲੁਧਿਆਣਾ ਦੇ ਵਿੱਚ ਆਉਣਗੇ ਬਹੁਤ ਸਾਰੇ ਉਦੋਂ ਵੀ ਪਾਲਾ ਬਦਲ ਲੰਗੇ ਪਰ ਮੈਂ ਇੱਕ ਗੱਲ ਕਹਿ ਦਿਆਂ ਜਿਹੜੇ ਪਾਲਾ ਬਦਲ ਬਦਲ ਕੇ ਉਧਰ ਨੂੰ ਜਾ ਰਹੇ ਨੇ ਪੱਛਮੀ ਬੰਗਾਲ ਦੇ ਵਿੱਚ ਵੀ ਬਹੁਤ ਸਾਰਾ ਨੇ ਪਾਲਾ ਬਦਲ ਕੇ ਨਰਿੰਦਰ ਮੋਦੀ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਅਪਣਾਈ ਸੀ ਉਸ ਬੀਬੀ ਮਾਇਆਬੱਤੀ ਦੇ ਅੱਗੇ ਖੜ ਨਹੀਂ ਸਕੇ ਇੱਥੋਂ ਦਾ ਉਹਦਾ ਕਰਤਾਰ ਤੇ ਸਾਡੇ ਆਗੂਆਂ ਦਾ ਕਰਤਾਰ ਦੇ ਵਿੱਚ ਜ਼ਮੀਨ-ਸਮਾਨ ਦਾ ਫਰਕ ਹੈ ਹੋਰ ਕਿਸਮ ਦਾ ਹੈ ਕਾਫੀ ਕਿਸਮ ਦਾ ਹੈ ਸੋ ਰਮਨਦੀਪ ਕੌਰ ਹੁਣ ਇਹ ਪਾਲੇ ਬਦਲ ਰਹੇ ਨੇ ਇਹਨਾਂ ਨੂੰ ਕਿੰਨਾ ਕੁ ਰਾਜਨੀਤਿਕ ਫਾਇਦਾ ਆਉਂਦਾ ਹੈ ਜਾਂ ਲੋਕ ਇਹਨਾਂ ਦੇ ਪਾਲੇ ਬਦਲਣ ਦੇ ਨਾਲ ਕਿਤੇ ਇਹ ਤਾਂ ਨਹੀਂ ਹੈ ਕਿ ਲੋਕਾਂ ਦੀ ਸੋਚ ਬਦਲ ਜਾਵੇਗੀ ਮੈਂ ਕਹਿ ਨਹੀਂ ਸਕਦਾ ਪਰ ਪਾਲੇ ਬਦਲਣ ਦੇ ਨਾਲ ਕੋਈ ਬੰਦਾ ਦੁੱਧ ਤੋਤਾ ਨਹੀਂ ਹੋ ਜਾਂਦਾ ਵੀ ਜੋ ਦੋਸ਼ ਪਹਿਲਾਂ ਲੱਗਦੇ ਨੇ ਉਹ ਜਦੋਂ ਉਹਦੇ 'ਚ ਚੱਲ ਜਾਂਦਾ ਆਮ ਤੌਰ ਤੇ ਇਹੀ ਹੁੰਦਾ ਹੈ ਕਿ ਵੱਡੇ ਸਾਰੇ ਤੋਤੇ ਇਹਨਾਂ ਦੇ ਪਿੱਛੇ ਪਾ ਦਿਓ ਭਾਵੇਂ ਸੀਬੀਆਈ ਨੂੰ ਪਾ ਦਿਓ ਸੀਆਈਏ ਨੂੰ ਪਾ ਦਿਓ ਐਨਆਈ ਨੂੰ ਪਾ ਦਿਓ ਜਾਂ ਕਿਸੇ ਈਡੀ ਨੂੰ ਪਾ ਦਿਓ ਜੇ ਫਿਰ ਜਦੋਂ ਉਹਨਾਂ ਨੂੰ ਆਪ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਬਹੁਤ ਸਾਰੇ ਰਾਜਾਂ ਦੇ ਵਿੱਚ ਇਹ ਭਾਰਤਿਆ ਜਨਤਾ ਪਾਰਟੀ ਨੇ ਇਸ ਤਰ੍ਹਾਂ ਦੇ ਫਾਰਮੂਲੇ ਚੱਲੇ ਕਿ ਉਹਨਾਂ ਆਗੂਆਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਾ ਲਓ ਤੇ ਉਹਨਾਂ ਦੇ ਕੇਸਕੂਸ ਵੀ ਨਾਲ ਦੀ ਨਾਲ ਨਿਬੜ ਜਾਂਦੇ ਨੇ ਇਸ ਤਰ੍ਹਾਂ ਦਾ ਪੱਛਮੀ ਬੰਗਾਲ ਦੇ ਵਿੱਚ ਵੀ ਚੱਲਿਆ ਸੀ ਲੇਕਿਨ ਪੱਛਮੀ ਬੰਗਾਲ ਦੇ ਵਿੱਚ ਪੱਲੇ ਕੱਖ ਨਹੀਂ ਪਿਆ ਰਾਣਾ ਗੁਰਮੀ ਸੋਢੀ ਤੋਂ ਬਾਅਦ ਵੀ ਹੋਰ ਕਈ ਕਾਂਗਰਸੀਆਂ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਚਰਚਾ ਚੱਲ ਰਹੀ ਹੈ ਜੀ ਮੈਂ ਪਹਿਲਾਂ ਹੀ ਕਹਿ ਕੇ ਛੱਡਿਆ ਕਿ ਕੁਝ ਐਮਐਲਏ ਕਈ ਮੰਤਰੀਆਂ ਦੀ ਚਰਚਾ ਵੀ ਚੱਲਦੀ ਹੈ ਕੋਈ ਐਮਪੀ ਬਾਰੇ ਵੀ ਕਿਹਾ ਜਾਂਦਾ ਹੈ ਵਿਧਾਇਕਾਂ ਬਾਰੇ ਵੀ ਕਿਹਾ ਜਾਂਦਾ ਜ਼ਿਲ੍ਹਾ ਪ੍ਰਧਾਨਾਂ ਬਾਰੇ ਵੀ ਕਿਹਾ ਜਾਂਦਾ ਇਹ ਕਹਿੰਦੇ ਆ ਕਿ ਜੇ ਜਵਾਨਾ ਬਾਲ ਕਿੱਡੇ ਕਿੱਡੇ ਆ ਉਹ ਕਹਿੰਦਾ ਸਾਹਮਣੇ ਆ ਜਾਣਗੇ ਅਗਲੇ ਦਿਨਾਂ ਦੇ ਵਿੱਚ ਜਦੋਂ ਇਹ ਪੰਡ ਖੁੱਲ ਗਈ ਉਦੋਂ ਪਤਾ ਲੱਗ ਜਾਏਗਾ ਕਿ ਕੌਣ ਕਿਹਦੇ ਨਾਲ ਜਾਂਦਾ ਹੈਗਾ ਅਗਲਾ ਸਮਾਂ ਇਸ ਚੀਜ਼ ਨੂੰ ਕਲੀਅਰ ਕਰੇਗਾ ਸੋ ਚੋਣਾਂ ਦਾ ਟਾਈਮ ਹੈ ਇਹਦੇ ਵਿੱਚ ਜਿਹੜੀਆਂ ਸਿਆਸੀ ਵਫਾਦਾਰੀਆਂ ਨੇ ਉਹ ਬਹੁਤ ਵੱਡੀ ਪਦਰ ਤੇ ਬਦਲ ਲੀਆਂ ਨੇ ਜਿਹੜਾ ਸਵੇਰੇ ਕਾਂਗਰਸੀ ਆ ਹੋ ਸਕਦਾ ਸ਼ਾਮ ਨੂੰ ਕਾਲੀ ਬਣ ਜੇ ਜਿਹੜਾ ਸਵੇਰੇ ਕਾਲੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਕਾਲੀ ਵੀ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਅਗਲੇ ਸਮੇਂ ਵਿੱਚ ਬਣ ਸਕਦੇ ਨੇ ਇਸਨ ਸਾਡੇ ਨਾਲ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਹੋਰ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਨ ਲਈ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ 나ਇਬतहसीलदार.com ਕਾਨੂੰਨ ਜਾਇਦਾਦ ਦਾ